ਸ਼ਸ਼ੀ ਗਾਲੀ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਅਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਲ ਤਵੀਆਂ ਤਾਂ ਉਸ ਮਸ਼ੀਨਰੀ ਦੀਆਂ 4-5 ਫੋਟੋਆਂ ਨਾਲ ਹੀ ਉਸ ਦੀ ਲੋੜੀ ਦੀ ਜਾਣਕਾਰੀ ਜਿਵੇਂ ਉਸ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਜਾਣਕਾਰੀ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਕਰਵਾ ਸਕਦੇ ਹੋ ਬਿਲਕੁਲ ਫਰੀ ਦੇ ਵਿੱਚ ਐਡ ਕੀਤੀ ਜਾਂਦੀ ਹੈ ਕੋਈ ਕਮਿਸ਼ਨ ਨਹੀਂ ਆਪਣਾ ਤੇ ਜੇ ਕੋਈ ਵੀ ਮਸ਼ੀਨਰੀ ਸੈਂਡ ਕਰਦਾ ਐਡ ਕਰਵਾਉਣ ਲਈ ਤਾਂ ਉਸ ਦਾ ਰੇਟ ਮਾਰਕੀਟ ਵੈਲਿਊ ਸਾਹਨ ਲਈ ਦੱਸਿਆ ਕਰੋ ਉਹਨਾਂ ਕ੍ਰੇਡ ਦੱਸਿਆ ਕਰੋ ਜਿੰਨੇ ਇੱਕ ਦੀ ਮਸ਼ੀਨਰੀ ਹੋਵੇ ਤੇ ਇੱਕ ਬਹੁਤ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ ਤੇ ਕਮੈਂਟਸ ਆਉਂਦੇ ਨੇ ਕਿ ਮਸ਼ੀਨਰੀ ਦਾ ਰੇਟ ਜ਼ਿਆਦਾ ਹੈ ਆਪਾਂ ਕਿਸੇ ਵੀ ਚੀਜ਼ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਦੱਸੀ ਹੋਈ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ ਤੇ ਲੈਸ ਹੋਈ ਜਾਂਦੀ ਹੈ ਇਸ ਕਰਕੇ ਜੇ ਕੋਈ ਵੀ ਮਸ਼ੀਨਰੀ ਖਰੀਦਣ ਦਾ ਚਾਹਵਨ ਹੁੰਦਾ ਹੈ ਤਾਂ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਸਕਦਾ ਹੈ ਥੈਂਕ ਯੂ ਅੱਜ ਆਪਣੇ ਕੋਲ ਸੇਲ ਵਿੱਚ ਛੇ ਚੀਜ਼ਾਂ ਨੇ ਜੋ ਪਥਾ ਦਿੱਲੀ ਲੈ ਕੇ ਆਏ ਆ ਸੋਨਾਲੀ ਕਾ 750 ਡੀਆਈ ਟਰੈਕਟਰ ਹੈ ਸਟੈਂਡਰਡ ਬੁਲਟ ਹੈ ਪੁਠੇਗਰ ਵਾਲਾ ਪ੍ਰੀਤ 6099 ਟਰੈਕਟਰ ਹੈ ਟੋਯੋਟਾ ਫੋਰਚੂਨਰ ਗੱਡੀ ਹੈ ਸਵਰਾਜ 960 ਐਫੀ ਟਰੈਕਟਰ ਹੈ ਤੇ ਕੰਬਾਈਨ ਹੈ ਸਭ ਤੋਂ ਪਹਿਲਾਂ ਸੋਨਾਲੀਕਾ 750 ਡੀਆਈ ਟਰੈਕਟਰ ਦਿਖਾ ਰਹੇ ਆ ਆਪਾਂ ਤੁਹਾਨੂੰ 2006 ਮਾਡਲ ਟਰੈਕਟਰ ਹੈ ਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਫਤੇਗੜ ਸਾਹਿਬ ਏਰੀਆ ਹੈ ਜਿੱਥੇ ਟਰੈਕਟਰ ਖੜਾ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਆਲ オリジナル ਟਰੈਕਟਰ ਹੈ ਬਾਡੀ ਚ ਅਸੀਂ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਹੈ ਕਿ ਤੋ ਰੰਗ ਪੇਂਟ ਲਿਆ ਨਹੀਂ ਹੋਇਆ ਕਿ ਤੋ ਰੰਗ ਪੇਂਟ ਖਰਾਬ ਨਹੀਂ ਹੋਇਆ ਸਾਫ ਸੁਥਰਾ ਵਧੀਆ ਸ਼ਾਈਨਿੰਗ ਦੇ ਵਿੱਚ ਰੰਗ ਪੇਂਟ ਪਿਆ ਹੈ ਤੇ ਟਰੈਕਟਰ 2200 ਘੰਟੇ ਚੱਲਿਆ ਹੋਇਆ ਹੈ ਇੱਕਦਮ オリジナル ਚੱਲਿਆ ਹੋਇਆ ਟਰੈਕਟਰ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਜੋ ਟਾਇਰ ਨੇ 98 ਪੈਸੇ ਟਰੈਕਟਰ ਦੇ ਟਾਇਰ ਪਏ ਆ ਤੇ ਟਰੈਕਟਰ ਦੇ ਅਗਲੇ ਟਾਇਰਾਂ ਤੇ ਮਗਰਾਟ ਲੱਗੇ ਹੋਏ ਨੇ ਟਰੈਕਟਰ ਡਬਲ ਕਲਚ ਸਿੰਪਲ ਸਟੀering ਤੇ ਸਾਈਡ ਗੇਅਰ ਦੇ ਨਾਲ ਹੈ ਬਾਕੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ। ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ। ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ। ਬਾਕੀ ਬਹੁਤ ਹੀ ਘੱਟ ਯੂਜ਼ ਹੋਇਆ ਹੋਇਆ ਟਰੈਕਟਰ ਹੈ। ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜਾ ਹੈ। ਮਾਲਕ ਵੀਰਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ, ਉਹ ਰੱਖੀ ਹੈ 3,05,000 ਰੁਪਏ। ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ। ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ। ਜਾਂ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਆ। ਤੇ ਇੱਕ ਕੋਈ ਵੀ ਮਸ਼ੀਨਰੀ ਖਰੀਦਣ ਸਮੇਂ ਉਸ ਮਸ਼ੀਨਰੀ ਦੇ ਕਾਗਜ਼ ਪੱਤਰ ਜਰੂਰ ਚੈੱਕ ਕਰੋ ਤਾਂ ਕਿ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਸਕੇ। ਪ੍ਰੀਤ 6099 ਟਰੈਕਟਰ ਦਿਖਾ ਰਹੇ ਆ ਆਪਾਂ ਤੁਹਾਨੂੰ 2015 ਮਾਡਲ ਟਰੈਕਟਰ ਹੈ ਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਮੋਗਾ ਏਰੀਆ ਹੈ ਜਿੱਥੇ ਟਰੈਕਟਰ ਖੜਾ ਹੈ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 3 ਸਪੀਡ ਟਰੈਕਟਰ ਹੈ। 1470 ਘੰਟੇ ਟਰੈਕਟਰ ਚੱਲਿਆ ਹੋਇਆ ਹੈ ਇਕਦਮ origignal ਚੱਲਿਆ ਹੋਇਆ ਟਰੈਕਟਰ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਫਾਈਬਰ ਹੋਟ ਲੱਗਿਆ ਹੋਇਆ ਤੇ 60 ਹੌਸ ਪਾਵਰ ਦਾ ਟਰੈਕਟਰ ਹੈ ਸਾਰਾ ਆਲ origignal ਕਲਰ ਹੈ ਕਿਤੇ ਵੀ ਟਰੈਕਟਰ ਨੂੰ ਦੁਬਾਰਾ ਰੰਗ ਪੇੜ ਨਹੀਂ ਕੀਤਾ ਗਿਆ ਕਿਤੇ ਰੰਗ ਪੇੜ ਖਰਾਬ ਨਹੀਂ ਹੋਇਆ ਕੋਈ ਡੈਮੇਜ ਨਹੀਂ ਦੇਖਣ ਨੂੰ ਕਿਤੇ ਸਕਰਚ ਤੱਕ ਨਹੀਂ ਤੇ ਟਰੈਕਟਰ ਦੇ ਜੋ ਟਾਇਰ ਨੇ ਉਹ ਵੀ ਟਰੈਕਟਰ ਦੇ ਨਾਲ ਦੇ ਟਾਇਰ ਹੈ 80 85 ਪੈਸੀ ਟਰੈਕਟਰ ਦੇ ਟਾਇਰ ਪਏ ਆ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਨੇ ਟਰੈਕਟਰ ਡਬਲ ਕਲਚ ਪਾਵਰ ਬ੍ਰੇਕ ਪਾਵਰ ਸਟੀering ਸਾਈਡ ਗੇਅਰ ਤੇ ਡਬਲ ਬੀਟੀਓ ਦੇ ਨਾਲ ਹੈ। ਬਾਕੀ ਇੰਜਨ ਗੇਅਰ ਦਾ ਟਰੈਕਟਰ ਇਕਦਮ ਸੀਲਡ ਹੈ, ਕੋਈ ਵੀ ਕਮੀ ਪੇਸ਼ੀ ਨਹੀਂ। ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ। ਟਰੈਕਟਰ ਲੈਣ ਸਮੇਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਮਾਲਕ ਵੀਰਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 438000 ਰੁਪਏ। ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ ਵਟਸਐਪ ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਟੋਟਾ ਫੋਰਚਨਰ ਡੀਜ਼ਲ ਵਾਲੀ ਗੱਡੀ ਦਿਖਾ ਰਹੇ ਆ ਆਪਾਂ ਤੁਹਾਨੂੰ 2010 ਮਾਡਲ 4 ਵੀਲ ਡਰਾਈਵ ਗੱਡੀ ਹੈ ਤੇ ਗੱਡੀ ਦਾ ਜੋ ਏਰੀਆ ਹੈ ਉਹ ਲੁਧਿਆਣਾ ਏਰੀਆ ਹੈ ਜਿੱਥੇ ਗੱਡੀ ਖੜੀ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋਹਰੀਆਂ ਨੇ ਆਲ オリジナル ਗੱਡੀ ਹੈ ਸਾਰਾ ਰੰਗ ਪਿੰਡ ਗੱਡੀ ਦਾ ਨਾਲ ਦਾ ਹੈ ਕਿਤੋਂ ਵੀ ਰੰਗ ਪਿੰਡ ਲਿਆ ਨਹੀਂ ਹੋਇਆ ਕਿਤੋਂ ਰੰਗ ਪਿੰਡ ਖਰਾਬ ਨਹੀਂ ਹੋਇਆ ਕੋਈ ਡੈਮੇਜ ਨਹੀਂ ਸਾਫ ਸੁਥਰਾ ਵਧੀਆ ਸ਼ਾਈਨਿੰਗ ਦੇ ਵਿੱਚ ਰੰਗ ਪਿੰਡ ਪਿਆ ਹੈ ਤੇ ਗੱਡੀ ਦੇ ਜੋ ਟਾਇਰ ਨੇ 50 55 ਪੈਸੇ ਗੱਡੀ ਦੇ ਟਾਇਰ ਪਏ ਆ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਨੇ ਤੇ ਚਾਰੇ ਟਾਇਰਾਂ ਤੇ ਬਿਲਕੁਲ ਨਿਊ ਲਾਇ ਵੀਜ਼ ਲੱਗੇ ਹੋਏ ਨੇ ਗੱਡੀ ਦੇ ਇੰਟੀਰੀਅਰ ਬਾਰੇ ਗੱਲ ਕਰੀਏ ਸਾਫ ਸੁਥਰਾ ਵਧੀਆ ਏ ਕਲਾਸ ਕੰਡੀਸ਼ਨ ਦਾ ਇੰਟੀਰੀਅਰ ਲੱਗਿਆ ਹੋਇਆ ਹੈ ਲੈਦਰ ਸੀਟ ਕਵਰਜ ਲੱਗੇ ਹੋਏ ਨੇ ਤੇ ਨੀਚੇ ਵਧੀਆ ਸਾਫ ਮੈਟਿੰਗ ਕੀਤੀ ਹੋਈ ਹੈ ਗੱਡੀ ਪਾਵਰ ਬ੍ਰੇਕ ਪਾਵਰ ਵਿੰਡੋਜ਼ ਤੇ ਪਾਵਰ ਸਟੀering ਦੇ ਨਾਲ ਹੈ। AC ਹੀਟਰ ਗੱਡੀ ਦਾ ਵਧੀਆ A class ਕੰਡੀਸ਼ਨ ਦੇ ਵਿੱਚ ਚੱਲਦਾ ਹੈ। ਬਾਕੀ ਮਾਲਕ ਵੀਰਾਂ ਨੇ ਗੱਡੀ ਦਾ ਫੁੱਲ ਇੰਸ਼ੋਰੈਂਸ ਕਰਵਾਇਆ ਹੋਇਆ ਹੈ। ਸਰਬ ਵਗੈਰਾ ਬਿਲਕੁਲ ਡਨ ਹੈ। ਗੱਡੀ ਦਾ VIP ਨੰਬਰ ਹੈ। ਬਾਕੀ ਗੱਡੀ ਲੈਣ ਸਮੇਂ ਤੁਸੀਂ ਗੱਡੀ ਨੂੰ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਹੋ। ਮਾਲਕ ਵੀਰਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 12,70,000 ਰੁਪਏ। ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ। ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ। ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਗੱਡੀ ਉਹਨਾਂ ਤੋਂ ਖਰੀਦ ਸਕਦੇ ਆਂ। ਕੰਬਾਈਨ ਦਿਖਾ ਰਹੇ ਆਂ ਆਪਾਂ ਤੁਹਾਨੂੰ DAW ਦਸ਼ਮੇਸ਼ ਐਗਰੀ ਵਰਕਸ 931 ਕੰਬਾਈਨ ਹੈ ਤੇ ਕੰਬਾਈਨ ਦਾ ਜੋ ਏਰੀਆ ਹੈ ਉਹ ਗਿੱਦੜਵਾਹਾ ਏਰੀਆ ਹੈ ਜਿੱਥੇ ਕੰਬਾਈਨ ਖੜੀ ਹੈ। 2018 ਮਾਡਲ ਕੰਬਾਈਨ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਰਾ ਸਾਫ ਸੁਥਰਾ ਕੰਬਾਈਨ ਦਾ ਰੰਗ ਪੇਂਟ ਪਿਆ ਹੈ ਕਿਤੇ ਵੀ ਕੰਬਾਈਨ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ ਕਿਤੇ ਰੰਗ ਪੇਂਟ ਖਰਾਬ ਨਹੀਂ ਹੋਇਆ ਕੋਈ ਡੈਮੇਜ ਨਹੀਂ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਤੇ ਕੰਬਾਈਨ ਦੇ ਜੋ ਟਾਇਰ ਨੇ 85 ਪੈਸੇ ਕੰਬਾਈਨ ਦੇ ਟਾਇਰ ਪਏ ਆ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਨੇ ਤੇ ਕੰਬਾਈਨ ਦੇ ਨਾਲ ਦੀ ਟਾਇਰ ਹੈ ਕੰਬਾਈਨ ਦਾ ਲਾਲ ਹਿਨੋ ਦਾ ਪੇਟੀਵਾਨ ਇੰਜਣ ਹੈ ਇਕਦਮ ਨਵੀਂ ਕੰਡੀਸ਼ਨ ਦੇ ਵਿੱਚ ਕੰਬਾਈਨ ਖੜੀ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਇੰਜਨ ਗੇਅਰ ਦੀ ਕੰਬਾਇਨ ਬਿਲਕੁਲ ਓਕੇ ਐ ਬਿਲਕੁਲ ਲੋਕਲ ਚੱਲੀ ਹੋਈ ਐ ਕੰਬਾਇਨ ਲੈਂਡਸ ਵਿੱਚ ਤੁਸੀਂ ਕੰਬਾਇਨ ਨੂੰ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਮਾਲਕ ਵੀਰਾਂ ਵੱਲੋਂ ਪੂਰੀ ਫੁੱਲ ਗਾਰੰਟੀ ਐ ਤੇ ਮਾਲਕ ਵੀਰਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਐ ਉਹ ਰੱਖੀ ਐ 15 ਲੱਖ 80 ਹਜ਼ਾਰ ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਐ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਐ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਆ ਜਾਂ WhatsApp ਤੇ ਮੈਸੇਜ ਕਰਕੇ ਇਹ ਕੰਬਾਈ ਨੂੰ ਨਾ ਤੋਂ ਖਰੀਦ ਸਕਦੇ ਆ ਰਾਇਲ ਨਫੇਲਡਰ ਸਟੈਂਡਰਡ ਬੁਲਟ ਦਿਖਾ ਰਹੇ ਆ ਪਾ ਤੁਹਾਨੂੰ ਪੁੱਠੇਗੜ ਵਾਲਾ 2006 ਮਾਡਲ ਮੋਟਰਸਾਈਕਲ ਹੈ ਤੇ ਮੋਟਰਸਾਈਕਲ ਦਾ ਜੋ ਏਰੀਆ ਹੈ ਉਹ ਮੋਗਾ ਏਰੀਆ ਹੈ ਜਿੱਥੇ ਮੋਟਰਸਾਈਕਲ ਖੜਾ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋਹਰੀਆਂ ਨੇ 40000 ਕਿਲੋਮੀਟਰ ਮੋਟਰਸਾਈਕਲ ਚੱਲਿਆ ਹੋਇਆ ਹੈ ਇੱਕਦਮ 오ਰੀਜਨਲ ਚੱਲਿਆ ਹੋਇਆ ਮੋਟਰਸਾਈਕਲ ਹੈ ਕੋਈ ਕਮੀ ਬੇਸ਼ੀ ਨਹੀਂ। ਬਾਕੀ ਸਾਫ਼ ਸੁਥਰਾ ਮੋਟਰਸਾਈਕਲ ਦਾ ਰੰਗ ਪਿੰਟ ਪਿਆ ਹੈ। ਕਿਤੇ ਵੀ ਰੰਗ ਪਿੰਟ ਲਿਆ ਨਹੀਂ ਹੋਇਆ, ਕਿਤੇ ਰੰਗ ਪਿੰਟ ਖਰਾਬ ਨਹੀਂ ਹੋਇਆ। ਕੋਈ ਡੈਮੇਜ ਨਹੀਂ। ਇੱਕਦਮ ਸ਼ਾਈਨਿੰਗ ਦੇ ਵਿੱਚ ਹੈ। ਮੋਟਰਸਾਈਕਲ ਦੇ ਨਾਲ ਦੀ ਟਾਇਰ ਨੇ 40 45 ਪੈਸੇ ਮੋਟਰਸਾਈਕਲ ਦੇ ਟਾਇਰ ਪਏ ਆ। ਸੇਮ ਕੰਡੀਸ਼ਨ ਦੇ ਵਿੱਚ ਦੋਵੇਂ ਟਾਇਰ ਹੈ ਤੇ ਦੋਵੇਂ ਟਾਇਰਾਂ ਤੇ ਹਲਵਾਏ ਵੀਲ ਲੱਗੇ ਹੋਏ ਨੇ। 3 ਸਪੋਕਸ ਹਲਵਾਏ ਵੀਲ ਹੈ। ਬਾਕੀ ਇੰਜਨ ਗੇਅਰ ਦਾ ਮੋਟਰਸਾਈਕਲ ਬਿਲਕੁਲ ਓਕੇ ਹੈ। ਮਾਲਕ ਵੀਰਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ। ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਏ ਕਲਾਸ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਖੜਾ ਹੈ ਮੋਟਰਸਾਈਕਲ ਲੈਣ ਸਮੇਂ ਤੁਸੀਂ ਮੋਟਰਸਾਈਕਲ ਨੂੰ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਹੋ ਮਾਲਕ ਵੀਰਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 115000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ ਵਟਸਐਪ ਤੇ ਮੈਸੇਜ ਕਰਕੇ ਇਹ ਮੋਟਰਸਾਈਕਲ ਉਹਨਾਂ ਤੋਂ ਖਰੀਦ ਸਕਦੇ ਆਂ ਸਵਰਾਜ 960 FE ਟਰੈਕਟਰ ਦਿਖਾ ਰਹੇ ਆਂ ਆਪਾਂ ਤੁਹਾਨੂੰ 2017 ਮਾਡਲ ਟਰੈਕਟਰ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਆਂ ਫੋਟੋਆਂ ਸਕਰੀਨ ਤੇ ਸ਼ੋਹਰੀਆਂ ਨੇ ਆਲ オリジナル ਟਰੈਕਟਰ ਹੈ ਬਾਡੀ ਚ ਅਸੀਂ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਹੈ ਕਿਤੋਂ ਵੀ ਰੰਗ ਪਿੰਡ ਲਿਹਾ ਨਹੀਂ ਹੋਇਆ ਕਿਤੋਂ ਰੰਗ ਪਿੰਡ ਖਰਾਬ ਨਹੀਂ ਹੋਇਆ ਕੋਈ ਡੈਮੇਜ ਨਹੀਂ ਸਾਫ਼ ਸੁਥਰਾ ਵਧੀਆ ਸ਼ਾਈਨਿੰਗ ਦੇ ਵਿੱਚ ਰੰਗ ਪਿੰਡ ਪਿਆ ਤੇ ਟਰੈਕਟਰ ਦੇ ਜੋ ਟਾਇਰ ਨੇ ਉਹ ਵੀ ਟਰੈਕਟਰ ਦੇ ਨਾਲ ਦੇ ਟਾਇਰ ਹੈ ਸੀ ਪੈਸੇ ਟਰੈਕਟਰ ਦੇ ਟਾਇਰ ਪਏ ਆ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਨੇ ਸਾਫ ਸੁਥਰੇ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਟਾਇਰ ਹੈ ਟਰੈਕਟਰ ਡਬਲ ਕਲਚ ਪਾਵਰ ਬ੍ਰੇਕ ਪਾਵਰ ਸਟੀering ਸੈਂਟਰ ਗੇਅਰ 3 ਰਵਰਸ ਵੀਡੀਓ ਦੇ ਨਾਲ ਹੈ ਬਾਕੀ ਇੰਜਨ ਗੇਅਰ ਦਾ ਟਰੈਕਟਰ ਇਕਦਮ ਸੀਲਡ ਹੈ ਕਿਦੋਂ ਵੀ ਟਰੈਕਟਰ ਨੂੰ ਚਾਬੀ ਨਹੀਂ ਲੱਗੀ ਹੋਈ ਇਕਦਮ ਨਵਾਂ ਟਰੈਕਟਰ ਹੈ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਲੈਣ ਸਮੇਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਮਾਲਕ ਵੀਰਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 530000 ਰੁਪਏ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ ਵਟਸਐਪ ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਤੇ ਮਾਲਕ ਵੀਰਾਂ ਦਾ ਜੋ ਏਰੀਆ ਹੈ ਉਹ ਕਰਨਾਲ ਏਰੀਆ ਜੋ ਕਿ ਹਰਿਆਣੇ ਵਿੱਚ ਪੈ ਜਾਂਦਾ ਹੈ ਤੇ ਟਰੈਕਟਰ ਦਾ ਹਰਿਆਣੇ ਦੀ ਨੰਬਰ ਹੈ ਥੈਂਕ ਯੂ ਤੇ ਇੱਕ ਸਾਰੇ ਵੀਰਾਂ ਨੂੰ ਹੋਰ ਰਿਕਵੈਸਟ ਹੈ ਜਿੰਨੇ ਵੀ ਵੀਰ ਐਡ ਕਰਵਾਉਣ ਲਈ ਕਿਸੇ ਵੀ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਆ ਉਹ ਉਸ ਮਸ਼ੀਨਰੀ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਜਾਣਕਾਰੀ ਜਰੂਰ ਦੱਸਦਿਆ ਕਰਨਾ ਜਦੋਂ ਸਾਡੇ ਕੋਲ ਸਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਐਡ ਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈ ਜਿਸ ਕਰਕੇ ਤੁਹਾਡੀ ਐਡ ਲੇਟ ਵੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਸਾਰੀ ਜਾਣਕਾਰੀ ਸੈਂਡ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੀ ਐਡ ਜਲਦ ਤੋਂ ਜਲਦ ਲਾ ਸਕੀਏ ਤੇ ਤੁਹਾਡੀ ਮਸ਼ੀਨਰੀ ਜਲਦ ਤੋਂ ਜਲਦ ਸੇਲ ਹੋ ਸਕੇ ਤੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਜਿੱਟਾ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਡੇਲੀ ਛੇ ਮਸ਼ੀਨਰੀਆਂ ਦੀ ਇੱਕ ਵੀਡੀਓ ਲੈ ਕੇ ਆਉਂਦੇ ਆ ਜਿਸ ਨੂੰ ਤੁਸੀਂ ਹਰ ਰੋਜ਼ ਦੇਖ ਸਕੋ ਤੇ ਮਿਸ ਨਾ ਕਰ ਸਕੋ ਤੇ ਤੁਹਾਨੂੰ ਕੋਈ ਵੀ ਮਸ਼ੀਨਰੀ ਖਰੀਦਣ ਜਾਂ ਵੇਚਣ ਵਿੱਚ ਆਸਾਨੀ ਮਿਲ ਸਕੇ ਥੈਂਕ ਯੂ